ਹਾਂ ਜੀ ਗੁੱਡ ਇਵਨਿੰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਬੜੀ ਵੱਡੀ ਖਬਰ ਹੈ ਜਿਹੜੀ ਸੀਟੈਟ ਦੇ ਰਿਲੇਟਡ ਨਿਕਲ ਕੇ ਬਾਹਰ ਆ ਰਹੀ ਹੈ ਜੀ ਕਿਉਂਕਿ ਅੱਜ ਤੁਹਾਨੂੰ ਪਤਾ ਹੈ ਜੀ 16 ਦਸੰਬਰ ਨੂੰ ਸੀਟੈਟ ਦਾ ਜਿਹੜਾ ਪੇਪਰ ਸੀਗਾ ਉਹ ਸ਼ੁਰੂ ਹੋ ਚੁੱਕਿਆ ਸੀਗਾ ਪਹਿਲੀ ਸ਼ਿਫਟ ਦਾ ਪੇਪਰ ਤਾਂ ਠੀਕ ਠਾਕ ਹੋ ਚੁੱਕਿਆ ਸੀਗਾ ਕੁਝ ਥਾਂ ਤੇ ਦਿੱਕਤ ਆਈ ਸੀਗੀ ਸਰਵਰ ਪ੍ਰੋਬਲਮ ਆ ਰਹੀ ਸੀ ਬਟ ਫਿਰ ਵੀ ਚੱਲੀ ਪਹਿਲੀ ਸ਼ਿਫਟ ਜਿਹੜਾ ਉਹਦਾ ਤਾਂ ਪੇਪਰ ਪੂਰੀ ਤਰ੍ਹਾਂ ਕੰਡਕਟ ਹੋ ਗਿਆ ਸੀਗਾ ਬਟ ਜਿਹੜੀ ਸੈਕੰਡ ਸ਼ਿਫਟ ਸੀਗੀ ਉਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਈ ਸੀ ਕਿ ਤੇ ਉਹ ਜਿਹੜਾ ਪੇਪਰ ਦਤਾਈ ਜਾ ਰਹੀ ਸੀ ਕਿ ਵੀ ਅਗਲੀਆਂ ਜਿਹੜੀਆਂ ਸ਼ਿਫਟਾਂ ਨੇ ਉਹਨਾਂ ਦਾ ਪੇਪਰ ਵੀ ਕੈਨਸਲ ਹੋਏਗਾ ਤਾਂ ਉਹਦੇ ਰਿਗਾਰਡਿੰਗ ਸੀਟਟ ਨੇ ਜਿਹੜੀ ਇਹਨਾਂ ਦੀ ਵੈਬਸਾਈਟ ਤੇ ਆਫੀਸ਼ੀਅਲ ਵੈਬਸਾਈਟ ਤੇ ਇੱਕ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਕਿ ਜਿਹੜਾ ਪੇਪਰ ਹੈ ਜਿਹੋ ਪੋਸਟਪੋਨ ਹੋ ਚੁੱਕਿਆ ਹੈ ਬਿਲਕੁਲ ਜੀ ਮੈਂ ਤੁਹਾਨੂੰ ਨੋਟੀਫਿਕੇਸ਼ਨ ਆਂਦੀ ਸਾਈਟ ਤੋਂ ਹੀ ਡਾਊਨਲੋਡ ਕਰਕੇ ਦਿਖਾ ਦੇਣਾ ਚਲੋ ਆਪਾਂ ਇਹਦਾ ਨੋਟੀਫਿਕੇਸ਼ਨ ਜਿਹੜਾ ਸਾਈਟ ਤੇ ਆਇਆ ਆਪਾਂ ਉਹੀ ਰੀਡ ਕਰਦੇ ਹਾਂ ਜੀ notification ਕੀ ਆਇਆ ਹੈ ਤਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਫ਼ ਤਰ੍ਹਾਂ ਨਿਰਾਣਾ ਵੀ ਜਿਹੜਾ ਪੇਪਰ ਹੈ ਕਹਿੰਦਾ ਉਹ ਲਿਆ ਜਾ ਰਿਹਾ ਸੀਗਾ ਜੀ ਤੇ ਜਿਹੜਾ 16 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਲਿਆ ਜਾਣਾ ਸੀਗਾ ਤੇ ਉਹ ਕੀ ਹੋ ਗਿਆ ਜੀ ਹੁਣ ਕੈਨਸਲ ਹੋ ਚੁਕਿਆ ਹੈ ਕਿਉਂਕਿ ਇਹ ਨਹੀਂ ਨਹੀਂ ਕਲੀਅਰ ਕਟ ਇਸ ਨੋਟੀਫਿਕੇਸ਼ਨ ਦੇ ਵਿੱਚ ਲਿਖ ਰੱਖਿਆ ਹੈ ਵੀ ਪੇਪਰ 2 ਦਾ ਜਿਹੜਾ ਪੇਪਰ ਸੀਗਾ ਸ਼ਿਫਟ ਦਾ ਪੇਪਰ ਸੀਗਾ ਉਹਦੇ ਵਿੱਚ ਪ੍ਰੋਬਲਮ ਆ ਗਈ ਹੈ ਜੀ ਟੈਕਨੀਕਲ ਇਸ਼ੂ ਸੀਗਾ ਸਰਵਰ ਪ੍ਰੋਬਲਮ ਸੀਗੀ ਤਾਂ TCS ਨੇ ਉਹਦੇ ਵਾਸਤੇ ਥੋੜੀ ਜੀ ਆਪਣੀ ਗਿਲਟੀ ਵੀ ਫੀਲ ਕੀਤੀ ਹੈ ਸ਼ਰਮਿੰਦਗੀ ਵੀ ਮਹਿਸੂਸ ਕੀਤੀ ਹੈ ਤੇ ਜਿਹੜਾ ਕਹਿੰਦਾ ਵੀ 17 ਤਰੀਕ ਨੂੰ ਜਿਹੜਾ ਪੇਪਰ ਹੋਣ ਜਾ ਰਿਹਾ ਸੀਗਾ ਉਹ ਪੋਸਟਪੋਨ ਹੋ ਚੁਕਿਆ ਜੀ 17 ਤਰੀਕ ਵਾਲਾ ਪੋਸਟਪੋਨ ਹੋ ਚੁਕਿਆ ਹੈ ਆ ਜਿਹੜਾ ਪੇਪਰ ਹੈ ਹੁਣ ਅੱਗੇ ਜਾ ਕੇ ਹੋਏਗਾ ਜੀ ਜਿਹੜੀ ਨੈਕਸਟ ਡੇਟ ਆ ਇਸ ਵਾਸਤੇ ਉਹ ਅਲੱਗ ਤੋਂ ਦਿੱਤੀ ਜਾਏਗੀ ਤੇ ਇਹਨਾਂ ਨੇ ਵੇਸੇ ਨੋਟਿਸ ਦੇ ਵਿੱਚ ਲਿਖ ਰੱਖਿਆ ਵੀ 20 ਦਸੰਬਰ ਵਾਲਾ ਜਿਹੜਾ ਟੈਸਟ ਹੈ ਉਹ ਜ਼ਰੂਰ ਹੋਏਗਾ 20 ਦਸੰਬਰ ਤੋਂ ਬਾਅਦ ਜਿਹੜੀਆਂ ਸ਼ਿਫਟਾਂ ਨੇ ਉਹ ਕੰਟੀਨਿਊ ਰਹਿਣਗੀਆਂ ਬਟ ਫਿਲਹਾਲ ਜਿਹੜਾ ਹੈ 20 ਤਰੀਕ ਤੱਕ ਦੇ ਜਿੰਨੀਆਂ ਵੀ ਸ਼ਿਫਟਾਂ ਨੇ ਉਹ ਸਾਰੀਆਂ ਸਾਰੀਆਂ ਇਹਨਾਂ ਨੇ ਕੈਨਸਲ ਕਰ ਦਿੱਤੀਆਂ ਨੇ ਖਾਸ ਕਰਕੇ ਜਿਹੜੀ 17 ਵਾਲੀ ਇਹ ਸ਼ਿਫਟ ਹੈ ਉਹ ਕੈਨਸਲ ਹੋ ਚੁੱਕੀ ਹੈ ਦੀ ਤਾਂ ਜਿਹੜੇ ਬੱਚੇ ਮਾਰਨਿੰਗ ਜਾਣ ਦੀ ਤਿਆਰੀ ਦੇ ਵਿੱਚ ਸੀਗੇ ਤਾਂ ਇੱਕ ਵਾਰੀ ਆਪਣਾ ਉਹਨਾਂ ਨੂੰ ਸਪੈਸ਼ਲ ਮੇਲ ਵੀ ਆਈ ਹੈ ਮੈਸੇਜ ਵੀ ਆਈ ਹੈ ਤੇ ਪਲੱਸ ਆਫੀਸ਼ਲ ਸਾਈਟ ਤੇ ਨੋਟੀਫਿਕੇਸ਼ਨ ਵੀ ਆ ਚੁੱਕਿਆ ਤਾਂ ਪਲੀਜ਼ ਤੁਸੀਂ ਰਾਜੇ ਪਰੇਸ਼ਾਨ ਨਾ ਹੋਇਓ ਕਿਤੇ ਜਾ ਕੇ ਉੱਥੇ ਤੁਹਾਨੂੰ ਪਤਾ ਲੱਗੇ ਤਾਂ ਇਸ ਤੋਂ ਪਹਿਲਾਂ ਆਪਣਾ ਰੋਲ ਨੰਬਰ ਜਾਂ ਮੈਸੇਜ ਜੋ ਵੀ ਹੈ ਚੈੱਕ ਕਰ ਲਓ ਆਦਰਵਾਇਸ ਚੈੱਕ ਕਰਨ ਦੀ ਜ਼ਰੂਰਤ ਨਹੀਂ ਹੈ ਆਫੀਸ਼ਲ ਵੈਬਸਾਈਟ ਤੋਂ ਤੁਹਾਨੂੰ ਮੈਂ ਡਾਊਨਲੋਡ ਕਰਕੇ ਦਿੱਤਾ ਦੱਸਿਆ ਹੋਇਆ ਹੈ ਠੀਕ ਹੈ ਜੀ ਤਾਂ ਆਪਣੇ ਜਿਹੜੇ ਵਹੀਕਲਸ ਵਗੈਰਾ ਤੇ ਕਰਾਰ ਰੱਖਿਆ ਅਰੇਂਜਮੈਂਟ ਪਲੀਜ਼ ਉਨਸਟੌਪ ਕਰ ਦਿਓ ਜੀ ਜਿੱਥੇ ਵੀ ਹੈ ਸਾਰੇ ਯਾਰਾਂ ਦੋਸਤਾਂ ਨੂੰ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਆ ਨੋਟੀਫਿਕੇਸ਼ਨ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਸ਼ੇਅਰ ਕਰ ਦਿਓ ਜੇਕਰ ਵੀਡੀਓ ਨਹੀਂ ਵੀ ਕਰਨੀਆਂ ਦਾ ਤਾਂ ਤਾਂ ਜੋ ਆਪਣੇ ਤੁਹਾਡੇ ਯਾਰ ਦੋਸਤ ਨੇ ਜਿਨ੍ਹਾਂ ਨੇ ਵੀ ਵਿਚਾਰੇ ਨਿਕਲ ਨੂੰ ਪੇਪਰ ਦੇਣ ਜਾਣਾ ਹੈ ਕਿਸੇ ਨੇ ਬਸਤੇ ਜਾਣਾ ਕਿਸੇ ਨੇ ਵਹੀਕਲ ਤੇ ਜਾਣਾ ਤਾਂ ਉਹ ਪਰੇਸ਼ਾਨ ਨਾ ਹੋਣ ਤੇ ਵੇ ਸੇ ਤਾਂ ਆਲਮੋਸਟ ਆਈ ਥਿੰਕ ਲਗਭਗ ਸਾਰੇ ਬੱਚਾ ਨੂੰ ਪਤਾ ਹੋਏਗਾ ਕਿਉਂਕਿ ਅੱਜ ਥੋੜਾ ਜਿਹਾ ਖਤਸਾ ਸੀਗਾ ਇਸ ਚੀਜ਼ ਦਾ ਵੀ ਪੇਪਰ ਹੈ ਜਿਹੜਾ ਪੋਸਟਪੋਨ ਹੋਏਗਾ ਉੰਤਾ ਫਿਰ ਵੀ ਜੇਕਰ ਕੋਈ ਬੱਚਾ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਤਾਂ ਪਲੀਜ਼ ਉਹਨੂੰ ਵੀਡੀਓ ਸ਼ੇਅਰ ਕਰਨ ਦਾ ਜ਼ਰੂਰ ਜਿਹੜੀ ਹੈ ਖੇਚਲ ਕਰਿਓ ਜੀ ਓਕੇ ਜੀ ਗੁੱਡ ਨਾਈਟ ਟੇਕ ਕੇਅਰ